ਸਲੀਕਾ ਇੱਕ ਨਵੀਂ ਸੋਚ ਸੰਸਥਾ ਦੇ ਵੱਲੋਂ ਇੱਕ ਲੋੜਵੰਦ ਲੜਕੀ ਦੀ ਸ਼ਾਦੀ ਦੇ ਲਈ ਰਾਸ਼ਨ ਸੌਂਪਿਆ ਗਿਆ। ਸਲੀਕਾ ਦੇ ਮੈਂਬਰਸ ਅਤੇ ਨਾਲ ਪ੍ਰਧਾਨ ਰਮਨਜੀਤ ਕੌਰ ਦੇ ਵੱਲੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨਜੀਤ, ਸਲੀਕਾ ਇੱਕ ਨਵੀਂ ਸੋਚ ਦੀ ਪ੍ਰੈਜ਼ੀਡੈਂਟ। ਇੱਥੇ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕੰਟੈਕਟ ਕੀਤਾ ਸੀ ਸੁਖਮਿੰਦਰ ਜੀ ਐਸਟ੍ਰੋਲੋਜਰ ਨਾਲ ਕਿ ਜੇ ਕੋਈ ਨੀਡੀ ਫੈਮਿਲੀ ਦਾ ਬੱਚਾ ਹੋਵੇ ਜਿਹਨੂੰ ਸਾਡੀ ਲੋੜ ਹੋਵੇ ਹੈਲਪ ਦੀ, ਤਾਂ ਸਾਨੂੰ ਜ਼ਰੂਰ ਦੱਸਣ। ਬੀਇੰਗ ਅ ਟੀਚਰ ਸਾਡਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਹੈਲਪ ਕਰ ਸਕੀਏ ਅਤੇ ਸਮਾਜ ਨੂੰ ਵੀ ਇੱਕ ਸੁਨੇਹਾ ਦੇਈਏ ਕਿ ਉਹ ਵੀ ਅੱਗੇ ਆਉਣ ਅਤੇ ਮਦਦ ਵਾਸਤੇ। ਅਤੇ ਇਹਨਾਂ ਨਾਲ ਜਦੋਂ ਗੱਲ ਕੀਤੀ ਸੁਖਮਿੰਦਰ ਜੀ ਦੇ ਨਾਲ, ਤਾਂ ਉਹਨਾਂ ਨੇ ਸਾਨੂੰ ਕੰਟੈਕਟ ਕਰਵਾਇਆ ਇੱਕ ਲੋੜਵੰਦ ਪਰਿਵਾਰ ਦੇ ਨਾਲ। ਉਹਨਾਂ ਦੀ ਬੱਚੀ ਨੂੰ ਬਹੁਤ ਜ਼ਰੂਰਤ ਹੈ, ਉਹਦੇ ਫਾਦਰ ਬਹੁਤ ਬਿਮਾਰ ਹੈ, ਇੱਕ ਲੇਬਰ ਕਲਾਸ ਨੂੰ ਬਿਲੋਂਗ ਕਰਦੇ ਆ। ਸੋ ਉਹਦੀ ਮੈਰਿਜ ਵਾਸਤੇ ਅਸੀਂ ਛੋਟਾ ਜਿਹਾ ਇੱਕ ਉਪਰਾਲਾ ਕੀਤਾ, ਖਾਣੇ ਦਾ ਸਮਾਨ ਦੇ ਰਹੇ ਹਾਂ ਔਰ ਸੁੱਕਾ ਰਸੀਦਾ ਦੇ ਰਹੇ ਹਾਂ। ਅਤੇ ਉਮੀਦ ਹੈ ਮਤਲਬ ਇਸੇ ਤਰੀਕੇ ਅਸੀਂ ਸਾਰੇ, ਮੈਂ ਆਪ ਸਭ ਨੂੰ ਵੀ ਅਪੀਲ ਕਰਦੀ ਹਾਂ ਕਿ ਆਪਾਂ ਸਾਰੇ ਇੱਕ ਹੰਭਲਾ ਮਾਰੀਏ ਆਪਣੇ ਸਮਾਜ ਨੂੰ, ਆਪਣੀਆਂ ਧੀਆਂ ਨੂੰ, ਬੱਚੀਆਂ ਲਈ, ਮਦਦ ਲਈ ਅੱਗੇ ਆਈਏ। ਥੈਂਕ ਯੂ ਜੀ। ਲੁਧਿਆਣਾ ਕੇ ਰਿਸ਼ੀ ਨਗਰ ਕੇ ਵਿਕਲਾਂਗ ਕੇਂਦਰ ਮੇਂ ਪੰਜਾਬੀ ਕੇ ਵਿਖਿਆਤ ਸਾਹਿਤਿਕਾਰ ਗੁਰਸ਼ਰਨ ਸਿੰਘ ਨਰੂਲਾ ਕਾ ਜਨਮ ਦਿਨ ਕੇਕ ਕਾਟ ਕਰ ਮਨਾਇਆ ਗਿਆ। ਇਸ ਮੌਕੇ ਪਰ ਉਹਨੇ ਵਹਾਂ ਮੌਜੂਦ ਹਸਪਤਾਲ ਕੀ ਫਿਜ਼ੀਓਥੈਰੇਪਿਸਟ ਡਾਕਟਰ ਪੂਜਾ ਟਾਂਡਾ ਔਰ ਉਨਕੇ ਸਟਾਫ ਨੇ ਉਨਕੋ ਸ਼ੁਭਕਾਮਨਾਏ ਦੀ। ਇਸ ਮੌਕੇ ਪਰ ਵਿਸ਼ੇਸ਼ ਤੌਰ ਪਰ ਪਹੁੰਚੇ ਐਸਟ੍ਰੋਲੋਜਰ ਸੁਖਮਿੰਦਰ ਸਿੰਘ ਨੇ ਵੀ ਉਨਕੋ ਜਹਾਂ ਮੁਬਾਰਕਬਾਦ ਦੀ, ਵਹੀ ਕਿਹਾ ਕਿ ਅਗਰ ਹਸਪਤਾਲੋਂ ਮੇਂ ਇਸ ਕਿਸਮ ਕਾ ਮਾਹੌਲ ਹੋਤਾ ਤੋ ਮਰੀਜ਼ ਜਲਦੀ ਰਿਕਵਰ ਹੋਂਗੇ ਔਰ ਉਨਕੀ ਬਿਮਾਰੀਆਂ ਜਲਦੀ ਠੀਕ ਹੋਂਗੀ। तो आज यहाँ पे भारत विकास परिषद के महावीर विकलांग केंद्र में जन्मदिन मनाया जा रहा है, 78वां जन्मदिन। अंकल शुभ नाम बताइए आप अपना। गुरशरण सिंह नरूला। तो कैसा महसूस हो रहा है आपको? रियली आई एम फीलिंग ऑन द सेवंथ एमंट। ओके, दैट्स वेरी गुड। कितने दिन हो गए आपको यहाँ पे आते हुए? ऑलमोस्ट 2 वीक्स। क्या बात है, तभी आप इतने गोरे गोरे, गुलाबी गुलाबी और सोने सोने हो गए हो। बिल्कुल डॉक्टर साहब, बहुत अच्छा काम आपकी टीम ने आज किया कि इनका जन्मदिन मनाया। तो कैसा फील हो रहा है आपको? बहुत अच्छा, हमारे पेशेंट्स हमारे यहाँ पे आके खुश होंगे तो हमें बहुत ही अच्छा होगा। वेरी गुड। ऐसी भावनाएं अगर होती है हर हॉस्पिटल्स में तो वहाँ से हर लोग जो है वो खुश खुश ही जाएंगे, तंदुरुस्त होके जाएंगे। सो बहुत बहुत शुभकामनाएं। थैंक यू जी। ਗੁਰਪੁਰਬ ਦੇ ਮੁਬਾਰਕ ਮੌਕੇ 'ਤੇ ਲੁਧਿਆਣਾ ਦੇ ਵਿੱਚ 103 ਬਟਾਲੀਅਨ ਸਿੱਖ ਇਨਫੈਂਟਰੀ ਲਾਈਟ ਦੇ ਵਿੱਚ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸ਼ਰਧਾਲੂਆਂ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਲੰਗਰ ਛਕਾਇਆ ਗਿਆ। ਨਾਲ ਹੀ ਨਾਲ ਏਸ਼ੀਅਨ ਕਲੱਬ ਇੰਟਰਨੈਸ਼ਨਲ ਅਤੇ ਵਾਇਸ ਆਫ ਏਸ਼ੀਅਨਸ ਦੀ ਟੀਮ ਵੀ ਪੁੱਜੀ ਅਤੇ ਵਾਇਸ ਆਫ ਏਸ਼ੀਅਨਸ ਦੇ ਪਹਿਲੇ ਅਵਾਰਡ ਫੰਕਸ਼ਨ ਦੇ ਮਾਮਲੇ ਦੇ ਵਿੱਚ ਬਟਾਲੀਅਨ ਦੀ ਇੱਕ ਖਬਰ ਜਿਹੜੀ ਟੌਪ 51 ਨਿਊਜ਼ ਦੇ ਵਿੱਚ ਆਈ ਸੀ, ਉਸ ਸੰਬੰਧ ਦੇ ਵਿੱਚ ਬਟਾਲੀਅਨ ਦੇ ਕਮਾਂਡਿੰਗ ਆਫਿਸਰ ਕਰਨਲ KS ਮਾਥੁਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਖਾਸ ਤੌਰ 'ਤੇ ਫਿਲਮ ਇੰਡਸਟਰੀ ਤੋਂ ਏਕਤਾ ਕਪੂਰ, ਫਿਲਮਸ ਐਂਡ ਕਾਸਟਿੰਗ ਕੰਪਨੀ ਤੋਂ ਪੰਜਾਬ ਦੀ ਏਕਤਾ ਕਪੂਰ, ਰਿਤਿਕਾ ਕਪੂਰ ਅਤੇ ਉਹਨਾਂ ਦੇ ਨਾਲ ਯਸ਼ਪਾਲ ਕਪੂਰ ਵਿਸ਼ੇਸ਼ ਤੌਰ 'ਤੇ ਪੁੱਜੇ।